कल इतने घटना वापरी है जिसका मैं जिक्र हुण कर दिना कि दो नौजवान इत्थों नशा लैण गए वो इस इलाके दे नहीं सी उन्हां दा इस इलाके नाल कोई वाह वास्ता नहीं कोई इत्थे जान पछाण नहीं उन्हां गोंदवाल साहब जाके इदां ही सरसरी किसे नूं पुछ लिया भी असीं चिट्टा चाहीदा सी उत्थे इक रिश्के वाला कहिंदा भी लियाओ जी दवा दिंदे आ ਉਹ ਰਿਕਸ਼ੇ ਵਾਲਾ ਨੂੰ ਲੈ ਕੇ ਗਿਆ ਤੇ ਪੰਜਾਂ ਮਿੰਟਾਂ ਦੇ ਵਿੱਚ ਵਿੱਚ ਉਹਨਾਂ ਨੂੰ ਚਿੱਟਾ ਮਿਲ ਗਿਆ ਤੇ ਮਿਲਿਆ ਵੀ ਕਿੱਥੋਂ ਬਿਲਕੁਲ ਬੌਲੀ ਸਾਹਿਬ ਦੇ ਗੁਰਦੁਆਰੇ ਦੇ ਸਾਹਮਣੇ ਜਿੱਥੇ ਸਤਿਗੁਰਾਂ ਨੇ ਕੋੜਿਆਂ ਦੇ ਕੋੜ ਦੂਰ ਕੀਤੇ ਉੱਥੇ ਹਾਲਾਤ ਇਹ ਆ ਕਿ ਪੂਰੇ ਦਾ ਪੂਰਾ ਮਹੱਲਾ ਜਿਹੜਾ ਇਸ ਕੰਮ ਤੇ ਲੱਗਾ ਨਸ਼ੇ ਦੀ ਇੰਨੀ ਭਰਮਾਰ ਹੈ ਮੈਂ ਰਾਤ ਹੈਰਾਨ ਹੋ ਗਿਆ ਵੀ ਜੇ ਰਾਤ ਨੂੰ ਕਿਸੇ ਬੰਦੇ ਨੂੰ कोई सब्जी को आलू को गोभी लैन भेजिए हो सकता बाजार ज्यादा भटकना पवे ओनू चार पांच दुकाना खोलनिया पै जाए जिथों समान मिले कि ना मिले कोई फल फ्रूट लैन भेज दिए फिर वह ना मिले कोई किताब कापी लैन भेज दिए कोई पेन पेंसिल लैन भेज दिए वह भी ना मिले और चिट्टा गुरु घर के सामने किसी ने एक बार पूछा भी चिट्टा चाहिए है जी तो वह कहते भी आज लै चलते हैं लैके गए चिट्टा दवाया ਉਹਨਾਂ ਦੀ ਤਾਂ ਸਰਵਿਸ ਹੋਈ ਹੈ ਰਾਤ ਪਰ ਸਵਾਲ ਇਹ ਹੈ ਵੀ ਵੱਡੇ ਜਿਹੜੇ ਮਗਰਮੱਛ ਜਿਹੜੇ ਸਰਕਾਰਾਂ ਦੀ ਸ਼ਹਿਰ ਤੇ ਪਲਦੇ ਨੇ ਜਿਨ੍ਹਾਂ ਨੂੰ ਸਰਕਾਰਾਂ ਨੇ ਫੜ ਫੜ ਕੇ ਬਾਹਰ ਛੱਡਿਆ ਹੋਇਆ ਉਹਨਾਂ ਦਾ ਇਲਾਜ ਕੌਣ ਕਰੂਗਾ ਇਹ ਸਰਕਾਰ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਖਾਸ ਕਰਕੇ ਹਦਾਇਤ ਹੈ ਵੀ ਭਾਈ ਤੁਸੀਂ ਬਾਅਦ ਚ ਚੀਕ ਚਹਾੜਾ ਪਾਉਣਾ ਹੈ ਵੀ ਏਦਾਂ ਨਹੀਂ ਹੋਣਾ ਚਾਹੀਦਾ ਜੀ ਏਦਾਂ ਕਾਨੂੰਨ ਭੰਗ ਹੋ ਜਾਂਦਾ ਤੇ ਅਸੀਂ ਹੁਣ ਹੋਰ ਆਪਣੇ ਨੌਜਵਾਨ ਚਿੱਟੇ ਚ ਮਰ ਨਹੀਂ ਦੇਣਾ ਜਿਹੜੇ ਨੌਜਵਾਨ ਨਸ਼ੇ ਦੇ ਟੀਕੇ ਲਾ ਕੇ ਰੋਜ਼ ਮਰਦੇ ਨੇ ਅਸੀਂ ਉਹ ਮਰ ਨਹੀਂ ਦੇਣੇ ਕਿਉਂਕਿ ਜੇ ਅਸੀਂ ਨੌਜਵਾਨ ਏਦਾਂ ਹੀ ਮਰਾ ਲੈਣੇ ਆ ਤੇ ਫਿਰ ਸਾਡੇ ਕੋਲ ਦੂਜਾ ਰਾਹ ਵੀ ਅਸੀਂ ਜੰਗ ਜੁੱਧ ਲੜ ਕੇ ਮਰ ਜਾਈਏ ਜੇ ਮੌਤ ਹੀ ਆ ਦੋਨੇ ਪਾਸੇ ਤੇ ਫਿਰ ਐਸੀ ਬਗੈਰਤੀ ਦੀ ਮੌਤ ਸਾਡੇ ਨੌਜਵਾਨ ਕਾਹਤੋਂ ਜੁੜਨ ਤੇ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਉਹਨਾਂ ਨੂੰ ਮੈਂ ਵਾਰ ਵਾਰ ਕਹਿੰਦਾ ਵੀ ਆਪਾਂ ਮਰਨਾ ਤੇ ਹੈਗਾ ਹੀ ਹੈ ਜਿਹੜੇ ਰਾਹ ਤੇ ਅਸੀਂ ਤੁਰ ਪਏ ਹਾਂ ਨਾਰ 'ਚ ਟੀਕਾ ਲਾ ਲੈਣਾ पता नहीं भी उस तो बाद उठना कि नहीं उठना पता नहीं भी केड़ी रूड़ी दे उते केड़ी सुखे दी बूटी दे विच पए मर जाना है ते जे ऐसी मौत चुननी है तो चंगा गैरतमंदा दी मौत चुनो जे इस मौत दे विच जदों कोई मरदा है सूरमे तुहाडियां वारां गाउण पिछों कोई तुहाडे तों प्रेरणा लवे हुण तुसीं दसो कि इलाके च एक नौजवान शहीद होवे ते सारा इलाका आउण वालियां नसलां उहदा नाम जपदियां तों प्रेरणा लैंदियां ਤੇ ਅੱਜ ਕਿੰਨੇ ਨੌਜਵਾਨ ਚਿੱਟੇ ਨਾਲ ਮਾਰੇ ਗਏ ਇਸ ਇਲਾਕੇ ਦੇ ਵਿੱਚ ਕਿਹਦਾ ਨਾਂ ਚੇਤਾ ਹੈ ਤੁਹਾਨੂੰ